ਕਮੇਟੀ ਦੇ ਅਧਿਆਕਸ਼ ਸੁਨੀਲ ਜਾਖੜ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਵਫਦ ਮਿਲਿਆ ਇੱਕ ਸਿੱਧੇ ਤੌਰ 'ਤੇ ਮੁੱਖ ਚੋਣ ਅਧਿਕਾਰੀ ਨੂੰ, ਸਰ ਕਿਹੜੀ ਡਿਮਾਂਡ ਕੀਤੀ? ਡਿਮਾਂਡ ਹੈ ਵੀ ਜਾਂਚ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ, ਜਾਂਚ ਨੂੰ ਦੇਰ ਨਾ ਕੀਤੀ ਜਾਵੇ। ਪੰਜਾਬ ਆਲਰੇਡੀ ਉਹ ਨਿਆਏ ਭਾਲਦਾ, ਪੰਜਾਬ ਚਾਹੁੰਦਾ ਹੈ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਅਤੇ ਜਿਨ੍ਹਾਂ ਨੇ ਬੇਅਦਬੀ ਕਰਵਾਉਣ ਦੀ ਸਾਜਿਸ਼ ਰਚੀ। ਜਿਨ੍ਹਾਂ ਲੋਕਾਂ ਨੇ ਗੋਲੀਆਂ ਚਲਵਾਈਆਂ ਉਹ ਤਾਂ ਪਕੜੇ ਗਏ, ਜਿਨ੍ਹਾਂ ਨੇ ਗੋਲੀਆਂ ਚਲਾਉਣ ਦੇ ਸਾਜਿਸ਼ ਰਚਾਈ ਉਹਨਾਂ ਲੋਕਾਂ ਦੇ ਧੌਣ 'ਚ ਵੀ ਹੱਥ ਪਵੇ। ਉਹਨੂੰ ਲੈ ਕੇ ਉਸ ਜਾਂਚ ਨੂੰ ਰੋਕਣ ਦਾ ਪ੍ਰਯਾਸ ਕਰ ਰਹੀ ਹੈ ਅਕਾਲੀ ਦਲ। ਚੋਰ ਕੀ ਦਾੜੀ ਮੈਂ ਤਿਨਕਾ ਹੈ। ਮੈਂ ਇੱਕੋ ਸਵਾਲ ਪੁੱਛਣਾ ਚਾਹੁੰਦਾ ਇਹਨਾਂ ਤੋਂ ਕਿ ਕੀ ਅਕਾਲੀ ਦਲ ਚਾਹੁੰਦਾ ਹੈ ਵੀ ਉਹ ਜਿਹੜੇ ਜਿਨ੍ਹਾਂ ਨੇ ਆ ਬੇਅਦਬੀ ਕਰਵਾਈਆਂ, ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਉਹ ਪਕੜੇ ਨਾ ਜਾਣ? ਇਸ ਗੱਲ ਦਾ ਜਵਾਬ ਦੇ ਦੇਣ। ਇੱਕ ਹੋਰ ਸਵਾਲ ਹੈ ਸਰ, ਤੁਹਾਡੇ ਡੇਰੇ ਵਿਜ਼ਿਟ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ, ਕਿਹਾ ਜਾ ਰਿਹਾ ਕਿ ਡੇਰਾ ਬਿਆਸ ਕਿਹੜੇ ਡੇਰੇ ਨਾਲ? ਸਾਰੇ ਡੇਰੇ ਬਰਾਬਰ ਨਹੀਂ ਹੁੰਦੇ ਸਾਹਿਬ, ਹੱਥ ਦੀਆਂ ਪੰਜ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ। ਜਿਨ੍ਹਾਂ ਲੋਕਾਂ ਨੇ ਲੋਕਾਂ ਦੇ ਆਸਥਾ ਨੂੰ ਲੈ ਕੇ, ਲੋਕਾਂ ਦੇ ਵਿਸ਼ਵਾਸ ਦੇ ਨਾਲ ਵਿਸ਼ਵਾਸਘਾਤ ਕੀਤਾ, ਜਗੰਨੇ ਅਪਰਾਧ ਕੀਤੇ, ਮਰਡਰ ਕਰਵਾਏ।